ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸਮ੍ਰਿਤੀ ਇਰਾਨੀ ਨੇ ਪ੍ਰਸਾਰ ਭਾਰਤੀ ਦੇ ਮੁਖੀ ਨਾਲ ਨਾਰਾਜ਼ਗੀ ਦੇ ਚਲਦਿਆਂ ਪੂਰੇ ਦੂਰਦਰਸ਼ਨ ਦੀ ਹੀ ਤਨਖਾਹ ਰੋਕ ਕੇ ਦੂਰਦਰਸ਼ਨ ਦੇ ਸਟਾਫ ਨੂੰ ਹੋਲੀ ਦਾ ਤੋਹਫ਼ਾ ਦਿੱਤਾ ਹੈ, ਜਦਕਿ ਬਾਕੀ ਮੀਡੀਆ ਦੀ ਬੋਲਤੀ ਫਿਲਹਾਲ ਬੰਦ ਹੈ। ਦਰਅਸਲ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਪ੍ਰਸਾਰ ਭਾਰਤੀ ਵਿੱਚ ਛਿੜੀ ਜੰਗ ਨੇ ਹੁਣ ਗੰਭੀਰ ਰੂਪ ਧਾਰਨ ਕਰ ਲਿਆ। ਮੰਤਰਾਲੇ ਦੀ ਸੰਬੰਧਿਤ ਮੰਤਰੀ ਸਮ੍ਰਿਤੀ ਇਰਾਨੀ ਨੇ ਬਦਲੇ ਦੀ ਭਾਵਨਾ ਨਾਲ ਕਦਮ ਚੁੱਕਦਿਆਂ ਹੋਏ ਪ੍ਰਸਾਰ ਭਾਰਤੀ ਦੇ ਤਹਿਤ ਆਉਣ ਵਾਲੇ ਦੂਰਦਰਸ਼ਨ ਅਤੇ AIR ਦੇ ਕਰਮਚਾਰੀਆਂ ਦੀ ਤਨਖਾਹ ਤੇ ਰੋਕ ਲਗਾ ਦਿੱਤੀ ਹੈ। ਗੌਰਤਲਬ ਹੈ ਕਿ ਇੱਕ ਪ੍ਰਾਈਵੇਟ ਕੰਪਨੀ ਨੂੰ ਤਕਰੀਬਨ 3 ਕਰੋੜ ਰੁਪਏ ਦੇ ਭੁਗਤਾਨ ਦੇ ਮੰਤਰਾਲੇ ਦੇ ਨਿਰਦੇਸ਼ ਨੂੰ ਦੂਰਦਰਸ਼ਨ ਨੇ ਖਾਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮੰਤਰਾਲੇ ਨੇ ਇਹ ਕਦਮ ਚੁੱਕਿਆ। ਦੇਸ਼ ਦੀ ਇੱਕ ਉੱਘੀ ਨਿਊਜ਼ ਵੈਬਸਾਈਟ ਦਾ ਵਾਇਰ ਦੇ ਹਵਾਲੇ ਦੇ ਮੁਤਾਬਕ ਭਾਰਤ ਸਰਕਾਰ ਦੇ ਇਤਿਹਾਸ ਵਿੱਚ ਅਜਿਹੀ ਕੋਈ ਦੂਸਰੀ ਮਿਸਾਲ ਨਹੀਂ ਮਿਲਦੀ ਕਿ ਜਦੋਂ ਮੁਲਾਜ਼ਮਾਂ ਦੀ ਤਨਖਾਹ ਇਸ ਤਰ੍ਹਾਂ ਰੁਕ ਗਈ ਹੋਵੇ। ਪ੍ਰਸਾਰ ਭਾਰਤੀ ਦੇ ਚੇਅਰਮੈਨ ਸੂਰਿਆ ਪ੍ਰਕਾਸ਼ ਨੇ ਦਾ ਵਾਇਰ ਨੂੰ ਦੱਸਿਆ ਹੈ ਕਿ ਜਨਵਰੀ ਅਤੇ ਫਰਵਰੀ ਮਹੀਨੇ ਦੀ ਸਟਾਫ ਦੀ ਤਨਖਾਹ ਦਾ ਭੁਗਤਾਨ ਆਪਣੇ ਰਿਜ਼ਰਵ ਫੰਡ ਤੋਂ ਕੀਤਾ ਗਿਆ। ਜੇਕਰ ਇਹ ਸਥਿਤੀ ਬਣੀ ਰਹੀ ਤਾਂ ਸੰਸਥਾ ਦੇ ਲਈ ਅਪ੍ਰੈਲ ਦੀ ਤਨਖਾਹ ਦੇਣਾ ਮੁਸ਼ਕਲ ਹੋ ਜਾਵੇਗਾ। ਇਹ ਸਭ ਕੁਝ ਉਸੇ ਤਰ੍ਹਾਂ ਹੋਇਆ ਜਦੋਂ ਅਰੁਣ ਜੇਤਲੀ ਨੇ RBI ਦੇ ਸਟਾਫ ਦੀ ਤਨਖਾਹ ਇਸ ਲਈ ਰੋਕ ਲਈ ਸੀ ਕਿਉਂਕਿ ਵਿਆਜ ਦਰਾਂ ਉਹਨਾਂ ਨੂੰ ਪਸੰਦ ਨਹੀਂ ਆਈਆਂ ਸਨ। ਤੁਹਾਨੂੰ ਦੱਸ ਦਈਏ ਕਿ ਭਾਰਤ ਸਰਕਾਰ ਨੇ ਪ੍ਰਸਾਰ ਭਾਰਤੀ ਨੂੰ 2018-19 ਦੇ ਲਈ 2800 ਕਰੋੜ ਰੁਪਏ ਜਾਰੀ ਕੀਤੇ ਹਨ। ਇਹ ਗ੍ਰਾਂਟ ਸੂਚਨਾ ਪ੍ਰਸਾਰਣ ਮੰਤਰਾਲੇ ਰਾਹੀਂ ਮਿਲਦੀ ਹੈ, ਜੋ ਪ੍ਰਸਾਰ ਭਾਰਤੀ ਨੂੰ ਪੈਸਾ ਹਰ ਮਹੀਨੇ ਦੇ ਹਿਸਾਬ ਦੇ ਨਾਲ ਦਿੰਦਾ ਹੈ। ਇਸ ਦੇ ਤਹਿਤ ਤਕਰੀਬਨ 5000 ਕਰਮਚਾਰੀ ਆਉਂਦੇ ਹਨ। ਪ੍ਰਸਾਰ ਭਾਰਤੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਹਰ ਮਹੀਨੇ ਮੰਤਰਾਲਾ ਪੈਸਾ ਜਾਰੀ ਕਰਨ ਤੋਂ ਪਹਿਲਾਂ ਢੇਰ ਸਾਰੇ ਸਵਾਲ ਜਵਾਬ ਕਰ ਰਿਹਾ ਹੈ, ਫਿਰ ਪਰੇਸ਼ਾਨੀਆਂ ਖੜੀਆਂ ਕਰ ਰਿਹਾ ਹੈ, ਪਰ ਦਸੰਬਰ ਤੋਂ ਉਹਨਾਂ ਨੂੰ ਤਨਖਾਹ ਦੇ ਲਈ ਕੋਈ ਪੈਸਾ ਨਹੀਂ ਦਿੱਤਾ ਗਿਆ, ਜਿਸ ਦੇ ਚਲਦਿਆਂ ਪ੍ਰਸਾਰ ਭਾਰਤੀ ਨੂੰ ਮਜਬੂਰਨ ਆਪਣੇ ਰਿਜ਼ਰਵ ਫੰਡ ਦਾ ਸਹਾਰਾ ਲੈਣਾ ਪੈ ਰਿਹਾ। ਸੰਕਟ ਉਦੋਂ ਸ਼ੁਰੂ ਹੋਇਆ ਜਦੋਂ ਪ੍ਰਸਾਰ ਭਾਰਤੀ ਦੇ ਹੈੱਡ ਸੂਰਿਆ ਪ੍ਰਕਾਸ਼ ਨੇ ਸਮ੍ਰਿਤੀ ਇਰਾਨੀ ਦੀ ਗਤੀਵਿਧੀਆਂ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਦੂਰਦਰਸ਼ਨ ਨੇ ਮੰਤਰਾਲੇ ਦੀ ਇੱਕ ਨਿੱਜੀ ਕੰਪਨੀ ਨੂੰ 2.92 ਕਰੋੜ ਰੁਪਏ ਦੇ ਭੁਗਤਾਨ ਦੀ ਮੰਗ ਨੂੰ ਖਾਰਜ ਕਰ ਦਿੱਤਾ ਸੀ, ਜਿਸ ਦੇ ਬਾਰੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਕੰਪਨੀ ਨੂੰ ਆਊਟਸੋਰਸ ਕੀਤਾ ਜਾਣਾ ਗੈਰ ਜ਼ਰੂਰੀ ਸੀ। ਇੰਨਾ ਹੀ ਨਹੀਂ, ਇਸ ਤੋਂ ਪਹਿਲਾਂ ਪ੍ਰਕਾਸ਼ ਅਤੇ ਉਹਨਾਂ ਦਾ ਬੋਰਡ ਇਰਾਨੀ ਨੂੰ ਇੱਕ ਦੂਸਰੇ ਦੀ ਗੱਲ ਦੇ ਲਈ ਵੀ ਨਾਰਾਜ਼ ਕਰ ਰਿਹਾ ਸੀ, ਜਦੋਂ ਉਹਨਾਂ ਨੇ ਇਰਾਨੀ ਵੱਲੋਂ ਸੰਪਾਦਕ ਦੇ ਅਹੁਦਿਆਂ ਦੇ ਲਈ 2 ਪੱਤਰਕਾਰਾਂ ਦੀ ਨਿਯੁਕਤੀ ਤੇ ਰੋਕ ਲਗਾ ਦਿੱਤੀ ਸੀ ਅਤੇ ਉਹਨਾਂ ਦੀ ਤਨਖਾਹ ਪ੍ਰਸਾਰ ਭਾਰਤੀ ਦੇ ਚੇਅਰਮੈਨ ਤੋਂ ਵੀ ਬਹੁਤ ਜ਼ਿਆਦਾ ਸੀ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।